ਅੱਜ ਘਰੇਲੂ ਕਲੇਸ਼ਾਂ ਕਾਰਨ ਵਾਪਰੀ ਇੱਕ ਹੋਰ ਵੱਡੀ ਵਾਰਦਾਤ ਨੇ ਸੋਚਣ ਵਾਸਤੇ ਮਜਬੂਰ ਕਰ ਦਿੱਤਾ। ਇਹ ਘਟਨਾ ਵਾਪਰੀ ਆ ਬਠਿੰਡਾ ਦੇ ਨਾਥਪੁਰਾ ਵਿੱਚ, ਜਿੱਥੇ ਇੱਕ ਨੌਜਵਾਨ ਪੁੱਤ ਵੱਲੋਂ ਬੇਰਹਿਮੀ ਨਾਲ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਆ, ਜਿੱਥੇ ਇੱਕ ਨੌਜਵਾਨ ਪੁੱਤ ਨੇ ਕਈਆਂ ਮਾਰ ਮਾਰ ਕੇ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਇਸ ਪਰਿਵਾਰ ਵਿੱਚ ਅਕਸਰ ਹੀ ਤਨਾਤਨੀ ਦਾ ਮਾਹੌਲ, ਕਲੇਸ਼ ਦਾ ਮਾਹੌਲ ਰਹਿੰਦਾ ਸੀ। ਜਿਹੜੇ ਲੜਕੇ ਨੇ ਪਿਤਾ ਨੂੰ ਕਤਲ ਕੀਤਾ ਉਹਦਾ ਨਾਂ ਸੁਖਦੀਪ ਸਿੰਘ ਦੱਸਿਆ ਜਾ ਰਿਹਾ ਅਤੇ ਉਹਦੇ ਪਿਤਾ ਦਾ ਨਾਂ ਪਰਮਿੰਦਰ ਸਿੰਘ ਦੱਸਿਆ ਜਾ ਰਿਹਾ। ਇਸ ਘਟਨਾ ਦੀ ਅਸਲ ਵਜ੍ਹਾ ਕੀ ਰਹੀ, ਉਸ ਲੜਕੇ ਨੇ ਆਪਣੇ ਪਿਤਾ ਨੂੰ ਕਿਉਂ ਕਤਲ ਕੀਤਾ, ਇਹਦੀ ਹਲੇ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਅਕਸਰ ਹੀ ਸਾਡੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਜਿੱਥੇ ਇੱਕ ਭਰਾ ਵੱਲੋਂ ਆਪਣੇ ਭਰਾ ਦਾ ਕਤਲ ਕੀਤਾ ਜਾਂਦਾ, ਜਿੱਥੇ ਪਿਓ ਵੱਲੋਂ ਪੁੱਤ ਦਾ ਕਤਲ ਕੀਤਾ ਜਾਂਦਾ, ਪੁੱਤ ਵੱਲੋਂ ਪਿਓ ਦਾ ਕਤਲ ਕੀਤਾ ਜਾਂਦਾ, ਪੁੱਤ ਵੱਲੋਂ ਮਾਂ ਦਾ ਕਤਲ ਕੀਤਾ ਜਾਂਦਾ, ਧੀ ਵੱਲੋਂ ਆਪਣੇ ਪਰਿਵਾਰ ਦਾ ਕਤਲ ਕੀਤਾ ਜਾਂਦਾ। ਮਤਲਬ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਹਲੇ ਅਸੀਂ ਇੱਕ ਘਟਨਾ ਕੱਲ੍ਹ ਹੀ ਸੁਣੀ ਆ, ਕੱਲ੍ਹ ਹੀ ਪੂਰੇ ਸੋਸ਼ਲ ਮੀਡੀਆ 'ਤੇ ਉਹ ਖਬਰ ਛਾਈ ਰਹੀ ਆ ਕਿ ਇੱਕ ਪੂਰੇ ਪਰਿਵਾਰ ਨੇ ਮਿਲ ਕੇ, ਜਿਹਦੇ ਵਿੱਚ ਧੀ ਉਹਦੇ ਬੰਦੇ ਦੇ ਘਰ ਵਾਲੀ, ਉਹਦਾ ਪੁੱਤ, ਉਹਦੀ ਨੂੰਹ ਅਤੇ ਉਹ ਲੜਕੇ ਦਾ ਆਪਣਾ ਸਹੁਰਾ ਪਰਿਵਾਰ ਸ਼ਾਮਿਲ ਸੀ ਅਤੇ ਉਹਨਾਂ ਸਭ ਨੇ ਮਿਲ ਕੇ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ। ਇਹ ਘਟਨਾ ਪੰਜਾਬ ਦੇ ਲਹਿਰਾ ਗਾਗਾ ਤੋਂ ਸਾਹਮਣੇ ਆਈ ਸੀ। ਹੁਣ ਸਾਡੇ ਘਰਾਂ ਵਿੱਚ ਇੰਨੇ ਜ਼ਿਆਦਾ ਘਰੇਲੂ ਕਲੇਸ਼ ਵੱਧ ਗਏ ਆ ਕਿ ਅਸੀਂ ਆਪਣੇ ਹਰ ਇੱਕ ਜੀਅ ਤੋਂ ਇਸ ਤਰੀਕੇ ਦੀ ਉਮੀਦ ਕਰਦੇ ਹਾਂ ਜਿਵੇਂ ਕਿ ਉਹ ਰੱਬ ਹੋਵੇ, ਅਤੇ ਅਸੀਂ ਜਿਹੜੀ ਵੀ ਕੋਈ ਉਹ ਤੋਂ ਇੱਛਾ ਕਰਦੇ ਹਾਂ, ਉਮੀਦ ਕਰਦੇ ਹਾਂ, ਉਹ ਸਾਡੀ ਇੱਛਾ, ਸਾਡੀਆਂ ਮਨੋਕਾਮਨਾ ਨੂੰ ਪੂਰਾ ਕਰੇ। ਪਰ ਅਜਿਹਾ ਨਹੀਂ ਹੈ, ਕਿਉਂਕਿ ਅੱਜ ਦੇ ਸਮਾਜ ਵਿੱਚ ਜਿੱਥੇ ਲੋਕ ਆਰਥਿਕ ਤੰਗੀਆਂ ਨਾਲ ਜੂਝ ਰਹੇ ਆ, ਜਿੱਥੇ ਸਮਾਜ ਵਿੱਚ ਬੇਰੁਜ਼ਗਾਰੀ ਇੰਨੇ ਵੱਡੇ ਪੱਧਰ 'ਤੇ ਫੈਲ ਰਹੀ ਆ, ਜਿੱਥੇ ਸਾਡੇ ਜਿਹੜੇ ਕੰਮਕਾਰ ਦੇ ਵਸੀਲੇ ਆ ਉਹ ਘੱਟ ਰਹੇ ਆ, ਸਾਡੀਆਂ ਆਮਦਨਾਂ ਘੱਟ ਰਹੀਆਂ, ਉੱਥੇ ਜਿਹੜੀਆਂ ਸਾਡੀਆਂ ਖਾਹਿਸ਼ਾਂ ਉਹ ਵੱਡੀਆਂ ਹੁੰਦੀਆਂ ਜਾ ਰਹੀਆਂ ਅਤੇ ਉਹ ਪੂਰੀਆਂ ਨਹੀਂ ਹੁੰਦੀਆਂ, ਅਤੇ ਜਦੋਂ ਉਹ ਖਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਾਡੇ ਜਿਹੜੇ ਘਰਾਂ ਅੰਦਰ ਆ ਕਲੇਸ਼ ਵੱਧਦੇ ਜਾਂਦੇ ਆ। ਅਤੇ ਇਹ ਇੱਕੋ ਹੀ ਕਾਰਨ ਨਹੀਂ, ਹੋਰ ਕਈ ਸਾਰੇ ਕਾਰਨ ਆ ਸਾਡੇ ਘਰਾਂ ਦੇ ਕਲੇਸ਼ ਦੇ। ਆਰਥਿਕ ਕਾਰਨ ਤਾਂ ਹੈ ਹੀ ਹੈ, ਕਿਉਂਕਿ ਆਮਦਨੀ ਅਠੰਨੀ ਆ ਅਤੇ ਖਰਚ ਰੁਪਈਆ। ਜਦੋਂ ਕਹਿੰਦੇ ਹੁੰਦੇ ਦਾੜੀ ਨਾਲ ਮੁੱਛਾਂ ਵੱਧ ਜਾਣ ਤਾਂ ਫਿਰ ਬੰਦਾ ਕਰੇ ਕੀ, ਕਿਉਂਕਿ ਮਹਿੰਗਾਈ ਇੰਨੀ ਵੱਧ ਗਈ ਆ ਕਿ ਸਾਡੇ ਤੋਂ ਜਿਹੜੀਆਂ ਸਾਡੀਆਂ ਜ਼ਰੂਰਤ ਦੀਆਂ ਲੋੜਾਂ ਨੇ ਸਾਡੇ ਘਰਾਂ ਵਿੱਚ ਉਹ ਵੀ ਪੂਰੀਆਂ ਨਹੀਂ ਹੁੰਦੀਆਂ, ਅਤੇ ਸਾਡੀਆਂ ਉਮੀਦਾਂ, ਜਿਹੜਾ ਪੂੰਜੀਵਾਦ ਨੇ ਮਤਲਬ ਸਾਡੇ ਅੰਦਰ ਇੱਕ ਉਮੀਦਾਂ ਪੈਦਾ ਕੀਤੀਆਂ, ਕੁਝ ਨਵਾਂ 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 ਖਰੀਦਣ ਦੀਆਂ, ਪਹਿਨਣ ਦੀਆਂ, ਅਤੇ ਉਹ ਸਾਡੀਆਂ ਉਮੀਦਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਨਹੀਂ ਹੁੰਦੀਆਂ, ਜਿਹਦੇ ਕਰਕੇ ਸਾਡੇ ਘਰਾਂ ਵਿੱਚ ਘਰੇਲੂ ਕਲੇਸ਼ ਜਿਹੜੇ ਵੱਧਦੇ ਜਾਂਦੇ ਆ। ਅਤੇ ਦੂਜਾ ਕਾਰਨ ਇਹ ਮੋਬਾਈਲ ਅਤੇ ਇੰਟਰਨੈੱਟ ਵਰਗੀਆਂ ਸਹੂਲਤਾਂ, ਜਿਨ੍ਹਾਂ ਨੇ ਸਾਨੂੰ ਇਕੱਲਿਆਂ ਕਰ ਦਿੱਤਾ। ਪਹਿਲਾਂ ਕੀ ਹੁੰਦਾ ਸੀ, ਅਸੀਂ ਸਾਰੇ ਪਰਿਵਾਰਾਂ ਵਿੱਚ ਰਲ ਮਿਲ ਕੇ ਰਹਿੰਦੇ ਸੀ, ਇਕੱਠਿਆਂ ਬਹਿੰਦੇ, ਖਾਂਦੇ, ਪੀਂਦੇ, ਪਰ ਜਦੋਂ ਦਾ ਇਹ ਇੰਟਰਨੈੱਟ, ਇਹ ਮੋਬਾਈਲ ਆਇਆ ਤਾਂ ਲੋਕਾਂ ਨੇ ਇਹਨੂੰ ਚੰਗੇ ਯੂਜ਼ ਦੀ ਬਜਾਏ ਇਸ ਤਰ੍ਹਾਂ ਯੂਜ਼ ਕੀਤਾ ਕਿ ਲੋਕ ਇਕੱਲੇ ਇਕੱਲੇ ਹੋ ਗਏ, ਉਹ ਆਪਣੇ ਪਰਿਵਾਰ ਵਿੱਚ ਬਹਿੰਦੇ ਨਹੀਂ, ਇੱਕ ਦੂਜੇ ਦੀ ਗੱਲ ਨਹੀਂ ਸੁਣਦੇ, ਇੱਕ ਦੂਜੇ ਦੀ ਝਿੜਕ ਨਹੀਂ ਸਹਿੰਦੇ, ਜਿਹਦੇ ਕਰਕੇ ਉਹਨਾਂ ਵਿੱਚ ਅਸਹਿਣਸ਼ੀਲਤਾ ਦੀ ਜਿਹੜੀ ਭਾਵਨਾ ਉਹ ਬਹੁਤ ਪਣਪ ਚੁੱਕੀ ਆ। ਜਿਵੇਂ ਪਹਿਲਾਂ ਅਸੀਂ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸੀ ਅਤੇ ਜਿਹੜਾ ਘਰ ਦਾ ਮੁਖੀ ਹੁੰਦਾ ਸੀ ਉਹ ਸਾਨੂੰ ਝਿੜਕਦਾ ਸੀ, ਮਤਲਬ ਉੱਪਰ ਤੋਂ ਲੈ ਕੇ ਇੱਕ ਮੁਖੀ ਹੁੰਦਾ ਸੀ ਅਤੇ ਮਤਲਬ ਛੋਟੇ ਬੱਚੇ ਤੱਕ ਸਾਰਿਆਂ ਨੂੰ ਉਹਦਾ ਡਰ ਪਿਆ ਹੁੰਦਾ ਸੀ। ਪਰ ਅੱਜ ਇੰਟਰਨੈੱਟ ਨੇ, ਪੂੰਜੀਵਾਦ ਨੇ ਸਾਡੇ ਜਿਹੜੇ ਪਰਿਵਾਰ ਨੇ ਉਹ ਤੋੜਤੇ ਨੇ, ਸਾਡੀਆਂ ਨਿੱਜੀ ਲੋੜਾਂ ਕਰਕੇ ਜਿਹੜੇ ਸਾਡੇ ਪਰਿਵਾਰ ਨੇ ਉਹ ਛੋਟੇ ਛੋਟੇ ਅਤੇ ਛੋਟੇ ਹੁੰਦੇ ਗਏ। ਹੁਣ ਤਾਂ ਮਤਲਬ ਇੱਕ ਮਾਂ ਪਿਓ ਅਤੇ ਉਹਨਾਂ ਦੇ ਬੱਚੇ, ਬਸ ਆਹੀ ਪਰਿਵਾਰ ਰਹਿ ਗਿਆ। ਜਿਹੜੇ ਸਾਂਝੇ ਪਰਿਵਾਰਾਂ ਵਾਲਾ ਇੱਕ ਮਾਹੌਲ ਸੀ ਉਹ ਤਾਂ ਖਤਮ ਹੋ ਗਿਆ, ਜਿਹਦੇ ਕਰਕੇ ਜਿਹੜੇ ਸਾਡੇ ਵਿੱਚ ਅਸਹਿਣਸ਼ੀਲਤਾ ਬਹੁਤ ਭਾਰੂ ਹੋ ਗਈ। ਅਸੀਂ
ਹੋਰ ਤਾਂ ਕਿਸੇ ਦੀ ਆਂਢੋ ਗੁਆਂਢੋ ਜਾਂ ਆਪਣੇ ਚਾਚੇ ਤਾਏ ਦੀ ਗੱਲ ਤਾਂ ਕੀ ਸਹਿਣੀ ਆ। ਜੇਕਰ ਸਾਡਾ ਮਾਂ ਪਿਓ ਵੀ ਸਾਨੂੰ ਕੁਝ ਕਹਿੰਦਾ ਤਾਂ ਅਸੀਂ ਉਹ ਵੀ ਨਹੀਂ ਸਹਿੰਦੇ। ਅੱਜ ਦਾ ਮਾਹੌਲ ਇਹ ਹੋ ਚੁੱਕਾ। ਪਹਿਲਾਂ ਲੋਕ ਸਖਤ ਮਿਹਨਤ ਕਰਕੇ ਕੋਈ ਨਾ ਕੋਈ ਅਚੀਵਮੈਂਟ ਹਾਸਲ ਕਰਦੇ ਸੀ, ਕੋਈ ਨਾ ਕੋਈ ਪ੍ਰਾਪਤੀ ਕਰਦੇ ਸੀ, ਪਰ ਹੁਣ ਤਾਂ ਲੋਕ ਹਰ ਚੀਜ਼ ਵਾਸਤੇ ਸ਼ੋਰਟਕੱਟ ਰਾਸਤਾ ਭਾਲਦੇ ਆ। ਅੱਜ ਕੱਲ੍ਹ ਦੇ ਬੱਚੇ ਤਾਂ ਅਸੀਂ ਇੱਥੋਂ ਤੱਕ ਦੇਖਿਆ ਕਿ ਜਿਵੇਂ ਪਹਿਲਾਂ ਸਕੂਲਾਂ ਵਿੱਚ ਬੱਚਿਆਂ ਨੂੰ ਡਰ ਹੁੰਦਾ ਸੀ ਕਿ ਸਾਡੇ ਟੀਚਰ ਨੇ, ਅਸੀਂ ਉਹਨਾਂ ਦੀ ਰਿਸਪੈਕਟ ਕਰਨੀ ਆ, ਟੀਚਰਾਂ ਦਾ ਇੱਕ ਪ੍ਰਭਾਵ ਹੁੰਦਾ ਸੀ ਬੱਚਿਆਂ ਦੇ ਮਨ 'ਤੇ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਉਹ ਤਾਂ ਟੀਚਰਾਂ ਅੱਗੋਂ ਵੀ ਉਵੇਂ ਹੀ ਬੋਲਦੇ ਆ ਜਿਵੇਂ ਘਰ ਵਿੱਚ ਆਪਣੇ ਮਾਂ ਪਿਓ ਨਾਲ ਬੋਲਦੇ ਆ, ਟੀਚਰਾਂ ਨਾਲ ਵੀ ਬਦਤਮੀਜ਼ੀ ਕਰਦੇ ਆ। ਅਤੇ ਜਦੋਂ ਕੋਈ ਬੱਚਾ ਆਪਣੇ ਗੁਰੂ ਨਾਲ, ਆਪਣੇ ਟੀਚਰ ਨਾਲ ਬਦਤਮੀਜ਼ੀ ਕਰੂਗਾ ਤਾਂ ਉਹ ਬੱਚੇ ਨੇ ਉਹ ਆਪਣੇ ਟੀਚਰ ਤੋਂ ਸਿੱਖਣਾ ਕੀ ਆ? ਕਿਉਂਕਿ ਜਦ ਆਪਾਂ ਸਿੱਖ ਉੱਥੋਂ ਸਕਦੇ ਹੁੰਦੇ ਹਾਂ ਜਿਹਦੀ ਅਸੀਂ ਕੋਈ ਇੱਜ਼ਤ ਕਰਦੇ ਹੋਈਏ, ਰਿਸਪੈਕਟ ਕਰਦੇ ਹੋਈਏ। ਪਰ ਜਦੋਂ ਅੱਜ ਕੱਲ੍ਹ ਦੇ ਬੱਚਿਆਂ ਵਿੱਚ ਕੋਈ ਰਿਸਪੈਕਟ ਨਾਮ ਦੀ ਚੀਜ਼ ਹੀ ਨਹੀਂ ਰਹਿ ਗਈ, ਇੱਜ਼ਤ ਕਰਨ ਦੀ ਕੋਈ ਇੱਛਾ ਹੀ ਨਹੀਂ ਰਹਿ ਗਈ ਤਾਂ ਉਹ ਸਿੱਖਣਗੇ ਕਿਵੇਂ? ਇੱਕ ਹੋਰ ਵੱਡਾ ਕਾਰਨ ਉਹ ਇਹ ਆ ਕਿ ਜਿਹੜਾ ਵਿਕਾਸ ਸਾਡੇ ਸਮਾਜ ਦਾ ਹੋਣਾ ਸੀ, ਜਿਹੜਾ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਵਿੱਚ ਤਾਲਮੇਲ ਬੈਠਣਾ ਸੀ, ਉਹ ਸਾਡੇ ਸਮਾਜ ਅੰਦਰ ਬੈਠ ਨਹੀਂ ਸਕਿਆ। ਕਿਉਂਕਿ ਪੂੰਜੀਵਾਦ ਨੇ ਆਪਦੇ ਮੁਨਾਫੇ ਦੀ ਹੋੜ ਵਿੱਚ ਇੱਥੇ ਆਧੁਨਿਕ ਵਿਕਾਸ ਤਾਂ ਕਰਤਾ, ਪਰ ਜਿਹੜਾ ਪ੍ਰੋਸੈਸ, ਜਿਹੜਾ ਵਿਕਾਸ ਲੋਕ ਮਨਾਂ ਵਿੱਚ ਹੋਣਾ ਸੀ, ਜਿਹੜੀ ਚੇਤਨਾ ਲੋਕ ਮਨਾਂ ਵਿੱਚ ਆਉਣੀ ਸੀ, ਜਿਹਦੇ ਕਰਕੇ ਪਿਛਲੀ ਪੀੜ੍ਹੀ ਦਾ ਅਤੇ ਅਗਲੀ ਪੀੜ੍ਹੀ ਦਾ ਇੰਨਾ ਫਰਕ ਪਿਆ, ਉਹਦਾ ਜਿਹੜਾ ਬਰਾਬਰ ਤਾਲਮੇਲ ਬੈਠਣਾ ਸੀ ਉਹ ਕਿਤੇ ਨਾ ਕਿਤੇ ਬੈਠ ਨਹੀਂ ਸਕਿਆ, ਜਿਹਦੇ ਕਰਕੇ ਜਿਹੜੇ ਨਵੇਂ ਨੌਜਵਾਨ ਨੇ, ਅੱਜ ਕੱਲ੍ਹ ਦੀ ਪੀੜ੍ਹੀ ਆ, ਉਹ ਹੋਰ ਤਰੀਕੇ ਨਾਲ ਸੋਚਦੀ ਆ, ਅਤੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਆਪਣੇ ਜਿਹੜਾ ਪਛਾਖੜੀ ਤਰੀਕਾ ਉਸੇ ਤਰੀਕੇ ਨਾਲ ਸੋਚਦੇ ਆ, ਜਿਹਦੇ ਕਰਕੇ ਜਿਹੜਾ ਹੈਗਾ ਘਰੇਲੂ ਕਲੇਸ਼ ਬਹੁਤ ਵੱਡੇ ਪੱਧਰ 'ਤੇ ਵੱਧ ਰਹੇ ਨੇ ਅਤੇ ਮੁੜ ਕੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਰਹੀਆਂ ਨੇ। ਇਹ ਜ਼ਰੂਰੀ ਹੈ ਕਿ ਸਾਡੇ ਸਮਾਜ ਅੰਦਰ ਇਹ ਤਾਲਮੇਲ ਬੈਠੇ ਬੱਚਿਆਂ ਅਤੇ ਮਾਪਿਆਂ ਵਿੱਚ, ਤਾਂ ਸਮਾਜ ਦਾ ਸਹੀ ਵਿਕਾਸ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਵਾਪਰਦੀਆਂ ਘਟਨਾਵਾਂ ਨੇ ਇਹ ਕੁਝ ਹੱਦ ਤੱਕ ਘੱਟ ਸਕਣ। ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਬੱਚਿਆਂ ਦੇ ਮਨ ਨੂੰ ਪੜ੍ਹਨ, ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਅਤੇ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਕਿ ਸਾਡਾ ਮਾਂ ਪਿਓ ਬਜ਼ੁਰਗ ਹੋ ਚੁੱਕਾ ਏ, ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਪੱਕ ਚੁੱਕੇ ਨੇ, ਉਹਨਾਂ ਨੇ ਨਹੀਂ ਬਦਲਣਾ, ਬਲਕਿ ਅਸੀਂ ਆਪਣੀ ਗੱਲ ਜੋ ਉਹਨਾਂ ਨੂੰ ਸਹੀ ਲੱਗਦੀ ਉਹ 'ਤੇ ਸਟੈਂਡ ਵੀ ਕਰੀਏ, ਪਰ ਹੌਲੀ ਹੌਲੀ ਆਪਣੇ ਮਾਂ ਪਿਓ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੀਏ। ਸਤਿਕਾਰਯੋਗ ਭੈਣੋ ਭਰਾਓ, ਜੇ ਆਪਾਂ ਚਾਹੁੰਦੇ ਹਾਂ ਕਿ ਇਹ ਸਮਾਜ ਵਿੱਚ ਕੋਈ ਤਬਦੀਲੀ ਆਵੇ, ਇਹ ਜਿਹੜੇ ਘਰੇਲੂ ਕਲੇਸ਼ ਨੇ ਇਹ ਘਟਣ, ਤਾਂ ਸਾਨੂੰ ਵੀ ਇੱਕ ਚੀਜ਼ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਕਿਸੇ ਭੈਣ ਭਰਾ ਤੋਂ, ਆਪਣੇ ਕਿਸੇ ਘਰ ਦੇ ਮੈਂਬਰ ਤੋਂ ਉਹਨੂੰ ਰੱਬ ਮੰਨ ਕੇ ਉਮੀਦਾਂ ਨਾ ਰੱਖੀਏ ਕਿ ਇਹ ਸਾਡੀਆਂ ਸਾਰੀਆਂ ਹੀ ਉਮੀਦਾਂ ਪੂਰੀਆਂ ਕਰੂਗਾ। ਉਹ ਰੱਬ ਨਹੀਂ ਹੈ, ਕੋਈ ਸ਼ਕਤੀ ਦਾ ਮਾਲਕ ਨਹੀਂ ਹੈ ਜਿਹੜਾ ਸਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਕਰ ਸਕੇ। ਉਹ ਇਨਸਾਨ ਆ, ਉਹਦੇ ਤੋਂ ਇਨਸਾਨਾਂ ਵਾਲੀ ਉਮੀਦ ਰੱਖੋ। ਗਲਤੀਆਂ ਹਰ ਇੱਕ ਮਨੁੱਖ ਤੋਂ ਹੁੰਦੀਆਂ, ਆਪਣੇ ਤੋਂ ਵੀ ਹੁੰਦੀਆਂ। ਜਦੋਂ ਕੋਈ ਦੂਸਰਾ ਮਨੁੱਖ ਗਲਤੀ ਕਰਦਾ ਤਾਂ ਇਹ ਮੰਨੋ ਕਿ ਉਹ ਗਲਤੀ ਮੈਂ ਵੇਖਾਂ ਕਿਤੇ ਮੇਰੇ ਤੋਂ ਵੀ ਤਾਂ ਨਹੀਂ ਹੋਈ, ਜਾਂ ਉਸ ਪ੍ਰਕਾਰ ਦੀ, ਜਾਂ ਮੇਰੇ ਅੰਦਰ ਵੀ ਕਿੰਨੀਆਂ ਘਾਟਾਂ, ਕਮਜ਼ੋਰੀਆਂ ਨੇ, ਕਿੰਨੀਆਂ ਗਲਤੀਆਂ ਨੇ। ਜੇ ਇਸ ਇਨਸਾਨ ਤੋਂ ਕੋਈ ਗਲਤੀ ਹੋ ਗਈ ਆ ਤਾਂ ਇਹਨੂੰ ਵੀ ਮਾਫ਼ ਕਰੀਏ, ਤਾਂ ਹੀ ਜਾ ਕੇ ਕਿਤੇ ਨਾ ਕਿਤੇ ਸਾਡੇ ਜਿਹੜਾ ਸਮਾਜ ਵਿੱਚ ਕੋਈ ਬੈਲੈਂਸ ਬੈਠ ਸਕੂਗਾ, ਕੋਈ ਇਹਦਾ ਸਮਾਜ ਦਾ ਅਗਾਂਹ ਵਧੂ ਵਿਕਾਸ ਹੋ ਸਕੂਗਾ। ਨਹੀਂ ਤਾਂ ਅਸੀਂ ਐਵੇਂ ਇੱਕ ਦੂਜੇ ਨੂੰ ਦੋਸ਼ੀ ਮੰਨ ਕੇ ਆਪਦੇ ਮਨਾਂ ਵਿੱਚ ਨਫ਼ਰਤ ਦਾ ਜ਼ਹਿਰ ਜਿਹੜਾ ਹੈਗਾ ਨਾ ਉਹ ਵਧਾਈ ਚੱਲਾਂਗੇ। ਕਿਉਂਕਿ ਜੇਕਰ ਅਸੀਂ ਆਪਣੇ ਦਿਮਾਗ ਵਿੱਚ ਕਿਸੇ ਪ੍ਰਤੀ ਨਫ਼ਰਤ ਰੱਖਾਂਗੇ, ਜ਼ਹਿਰ ਭਰਾਂਗੇ ਆਪਣੇ ਦਿਮਾਗ ਅੰਦਰ ਕਿਸੇ ਪ੍ਰਤੀ, ਤਾਂ ਸਾਨੂੰ ਉਹਦੇ ਔਗਣ ਹੀ ਔਗਣ ਨਜ਼ਰ ਆਉਣਗੇ। ਪਰ ਜੇਕਰ ਅਸੀਂ ਇਹ ਵੀ ਵੇਖਾਂਗੇ ਕਿ ਸਾਡੇ ਅੰਦਰ ਵੀ ਕਮੀਆਂ ਨੇ,
ਤਾਂ ਫਿਰ ਸਾਨੂੰ ਪਤਾ ਲੱਗੂਗਾ ਕਿ ਉਹਦੇ ਉਸ ਇਨਸਾਨ ਵਿੱਚ ਕੋਈ ਚੰਗੇ ਗੁਣ ਵੀ ਹੈਗੇ ਨੇ। ਸੋ ਜੇਕਰ ਅਸੀਂ ਸਮਾਜ ਦਾ ਵਿਕਾਸ ਕਰਨਾ ਚਾਹੁੰਦੇ ਹਾਂ, ਇਹ ਲੜਾਈ ਝਗੜੇ ਜਿਹੜੇ ਘਰਾਂ ਦੇ ਘਰੇਲੂ ਕਲੇਸ਼ ਖਤਮ ਕਰਨਾ ਚਾਹੁੰਦੇ ਹਾਂ, ਤਾਂ ਜਿਹੜੇ ਥੋੜ੍ਹੇ ਬਹੁਤੇ ਇਹ ਕਾਰਨ ਜਿਨ੍ਹਾਂ ਨੂੰ ਅਸੀਂ ਸੁਧਾਰ ਸਕਦੇ ਹਾਂ ਉਹਨਾਂ ਨੂੰ ਅਸੀਂ ਜ਼ਰੂਰ ਸੁਧਾਰੀਏ, ਜਿਹੜੇ ਸਾਡੇ ਸਿਸਟਮ ਨਾਲ ਜੁੜੇ ਆ, ਸਾਡੀ ਰਾਜਨੀਤੀ ਨਾਲ ਜੁੜੇ ਆ, ਰਾਜਨੀਤਿਕ ਪਾਰਟੀਆਂ ਨਾਲ ਜੁੜੇ ਆ, ਸਰਕਾਰਾਂ ਨਾਲ ਜੁੜੇ ਆ, ਜਿਹੜੇ ਉਹਨਾਂ ਨੇ ਹੱਲ ਕਰਨੇ ਆ, ਉਹ ਤਾਂ ਚਲੋ ਸਾਡੇ ਹੱਥ ਵੱਸ ਨਹੀਂ ਗਏ, ਉਹਦੇ ਵਾਸਤੇ ਸਾਨੂੰ ਵੱਖਰੀ ਲੜਾਈ ਲੜਨੀ ਚਾਹੀਦੀ ਆ। ਇੱਕ ਵਾਰ ਤੁਹਾਨੂੰ ਇਹ ਘਟਨਾ ਫੇਰ ਦੱਸ ਦਿੰਦੇ ਹਾਂ ਜਿਹੜੀ ਘਰੇਲੂ ਕਲੇਸ਼ ਕਾਰਨ ਹੀ ਵਾਪਰੀ ਆ। ਬਠਿੰਡਾ ਦੇ ਨਾਥਪੁਰਾ ਵਿੱਚ ਇੱਕ ਪੁੱਤ ਵੱਲੋਂ ਆਪਣੇ ਪਿਓ ਨੂੰ ਕਈਆਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ, ਅਤੇ ਕਾਰਨ ਇਹ ਦੱਸਿਆ ਜਾ ਰਿਹਾ ਕਿ ਇਸ ਘਰ ਵਿੱਚ ਅਕਸਰ ਹੀ ਘਰੇਲੂ ਕਲੇਸ਼ ਰਹਿੰਦਾ ਸੀ ਜਿਹਦੇ ਕਰਕੇ ਇਹ ਘਟਨਾ ਵਾਪਰੀ, ਪਰ ਇਹਦਾ ਹਾਲੇ ਤੱਕ ਕੋਈ ਵੀ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ। ਤੁਹਾਡਾ ਇਹ ਸਭ ਕਾਸੇ ਬਾਰੇ ਕੀ ਵਿਚਾਰ ਆ? ਤੁਸੀਂ ਵੀ ਆਪਣਾ ਕੀਮਤੀ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਹਰਬਾਨੀ।